दुग्गा वाला आ गया। वीरे ठीक हो सारे? नजारे आलू वाले परोठे खाते हो? मनाली तो बाय रोड ट्रिप जा रहे अपना लेह लद्दाख ते गड्डियां च समान रखा जा रहा। बिल्ला भरा जगराज भाई ज्योति वीर हर्ष वीर वकील साहब धन्ना राती इत्थे स्टे हुई मनाली दे विच मुंडे चल पे आ ते आ जाओ नाले तुहानू रास्ता दिखाउने आ। लो जी मनाली दे विच अपने ला दी पंप ते अपनी तिने गड्डियां ते टैंकियां ग्राउंड लगे फुल इस बाद सारा पहाड़ी एरिया आ जाना है ना तां करके भी इतों ही फुल करा के चलांगे। फिर गांह दे ने पंप कित्थे मिलदा फिर उत्थों भी करानी पऊगी। हुण साडा नीटू भरा समझाऊ सानू सारे ट्रिप बारे। ਵੀਰੇ ਟੈਂਕੀ ਫੁੱਲ ਕਰਾ ਕੇ ਫਿਰ ਕਿੰਨੇ ਘੰਟੇ ਸਟੇ ਨਹੀਂ ਹੈਗੀ? ਬਾਈ ਉਹ ਆਪਣੇ ਜਿਹੜਾ 11-12 ਘੰਟੇ 12 ਘੰਟੇ ਦੀ ਆਵਾਜ਼ ਬਰਫ ਦੇਖਣੀ ਹੈ ਜੀ। ਲਓ ਜੀ ਨਾਲ ਸਾਰੇ ਭਰਾ ਅਤੇ ਸਾਡੇ ਨਾਲ ਸਾਡੇ ਵਕੀਲ ਸਾਹਿਬ ਸਰਪੰਚ ਸਾਹਿਬ ਸਾਰੇ। ਹਰਸ਼ ਵੀਰੇ ਕਿੱਦਾਂ ਜੀ? ਕਿੰਨੇ ਟਾਈਮ ਬਾਅਦ ਰੋਕਾਂਗੇ ਹੁਣ ਇਹ ਤੋਂ ਬਾਅਦ ਗੱਡੀ ਆਪਾਂ ਬਾਈ ਆਪਾਂ ਪਹੁੰਚ ਗਈ ਰੋਕਾਂਗੇ ਹੁਣ। ਠੀਕ ਆ ਤੰਨਾ ਭਰਾ ਵੀਰੇ ਕੋਈ ਸਫ਼ਰ ਬਾਰੇ ਕਹਿਣਾ? 11 ਘੰਟਿਆਂ ਬਾਅਦ ਗੱਡੀ ਰੁਕੂਗੀ 10। ਬਾ ਠੀਕ ਆ ਹੋਰ ਪ੍ਰਥਮ ਵੀਰੇ ਸਵਾਦ ਲੈਣਾ ਪੂਰਾ ਭਰ ਅੱਜ ਕੇ ਬਾਈ। ਬਾ ਠੀਕ ਆ ਇਹ ਜਦੋਂ ਆਪਾਂ ਮਨਾਲੀ ਤੋਂ ਲੇਹ ਨੂੰ ਜਾਂਦੇ ਆ ਤੇ ਰਸਤੇ ਦੇ ਵਿੱਚ ਟਨਲ ਆਏ ਕਿੰਨੇ ਕਿਲੋਮੀਟਰ ਦੀ ਆ ਬਾਈ? 9 ਕਿਲੋਮੀਟਰ ਦੀ ਟਨਲ ਆ। 2.5-3 ਘੰਟੇ ਦਾ ਰਾਹ ਕੱਟ ਦਿੱਤਾ ਇਹ ਟਨਲ ਨੇ 2.5-3 ਘੰਟਿਆਂ ਦਾ ਰਾਹ ਕੱਟ ਦਿੱਤਾ ਆਪਣਾ ਤੇ ਹੁਣ ਬੜਾ ਛੇਤੀ ਪਹੁੰਚ ਜਾਵਾਂਗੇ। ਬਰਫ ਕੱਟ 9 ਕਿਲੋਮੀਟਰ ਦੀ ਟਨਲ ਹੋ ਗਈ ਆ ਖਤਮ ਹੁਣ ਰੋਕਾਂਗੇ ਬਾਈ ਜੋਤੀ ਵੀਰੇ? ਹਾਂਜੀ ਜ਼ਰੂਰ ਵੀਰੇ। ਹਾਂ ਹੁਣ ਗੱਡੀ ਰੁਕੂਗੀ। ਲਓ ਜੀ ਤੁਹਾਨੂੰ ਸਾਰੀਆਂ ਗੱਡੀਆਂ ਦਿਖਾਉਂਦੇ ਆ ਫਿਰ ਆਪਣੀਆਂ। ਹਾਂਜੀ ਆਪਾਂ ਰੁਕ ਗਏ ਰਸਤੇ 'ਚ ਅਤੇ ਸਾਰੀਆਂ ਗੱਡੀਆਂ ਰੋਕੀਆਂ। ਉਹ ਵੀ ਅਤੇ ਆਹ ਦੇਖੋ ਵਿਊ ਬਹੁਤ ਸੋਹਣਾ। ਲੈ ਸੋਹਣਾ ਵੀਰੇ ਦੇਖੋ ਬਾਈ ਦੇਖੋ ਵਾਓ। ਸਾਰਿਆਂ ਨੂੰ ਆਉਣਾ ਚਾਹੀਦਾ ਕਿਹੜਾ ਕਿਹੜਾ ਤਾਂ ਦੇਖਣ ਪੈ ਜੇ ਜਦੋਂ ਆਪਾਂ ਪਹੁੰਚ ਗਏ ਤਾਂ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਨਹੀਂ ਗੋਪੀ ਬਾਈ? ਬਿਲਕੁਲ ਬਾਈ ਬਿਲਕੁਲ ਆ ਗਿਆ ਨਜ਼ਾਰਾ। ਹਾਂ ਬਰਫ਼ ਆ ਗਈ ਬਾਈ ਬਰਫ਼ ਆ ਗਈ ਯੋ ਦੇਖੋ ਤੁਸੀਂ ਵੀ ਦੇਖ ਲਓ ਬਰਫ਼ ਆ ਗਈ। ਰੋਡ ਦੇਖੋ ਮਾਹੌਲ ਚਾਲ ਬਹੁਤ ਵਧੀਆ ਸਵਾਦ ਆਈ ਜਾਂਦਾ ਪੂਰਾ। ਕਿਉਂ ਜਗਰਾਜ ਭਾਈ ਡਰਾਈਵਿੰਗ ਦਾ ਕਿੱਦਾਂ ਲੱਗ ਰਹੀ ਆ? ਵੀਰੇ ਸਿਰਾ ਲੱਗਿਆ ਪਿਆ ਐਨ ਸਵਾਦ ਆਇਆ ਪਿਆ। ਹਾਂ ਸਹੀ ਆ ਬਾਈ ਪਾਣੀ ਕਿਤੇ ਉੱਧਰ ਨੂੰ ਕਿਤੇ ਉੱਧਰ ਨੂੰ ਪਰ ਅਸੀਂ ਇੱਕ ਪਾਸੇ ਨੂੰ ਜਾ ਰਹੇ ਹਾਂ ਇੱਧਰ ਨੂੰ ਹੀ ਚੱਲਾਂਗੇ ਅੱਜ ਬਾਈ। ਆ ਸਿਰਾ ਚੀਜ਼
ਪਾਣੀ ਦੀ ਕੋਸ਼ਿਸ਼। ਰਸਤਾ ਬੰਦ ਆ ਉੱਥੋਂ ਅਤੇ ਸਾਰੀਆਂ ਗੱਡੀਆਂ ਸਾਡੀਆਂ ਇੱਥੇ ਇਕੱਠੀਆਂ ਹੋ ਚੁੱਕੀਆਂ ਨੇ ਆਲਰੇਡੀ ਅਤੇ ਜਾਣਾ ਹੁਣ ਅਸੀਂ ਇੱਥੇ ਆਪਣੀ ਵੇਟ ਕਰਾਂਗੇ ਫਿਰ ਚੱਲਾਂਗੇ ਅੱਗੇ ਨੂੰ। ਹਾਂਜੀ ਅਤੇ ਅੱਗੇ 3 ਵਜੇ ਤੱਕ ਜਾਮ 'ਤੇ ਅਸੀਂ ਰੁਕੇ ਹਾਂ ਰਸਤੇ 'ਚ ਅਤੇ ਠੰਡ ਵੀ ਹੋ ਗਈ ਆ ਜੈਕਟਾਂ ਪਾ ਲਈਆਂ ਨਾਲੇ ਪੌਂਡੇ ਪੈਕ ਕਰਾ ਲੈਣੀ ਬਾਈ ਪੂਰੀ ਵਧੀਆ ਲਓ ਜੀ ਬ੍ਰੇਕਫਾਸਟ ਕਰ ਲਿਆ ਸੀ ਨੇ ਅਤੇ ਬਹੁਤ ਵਧੀਆ ਆਲੂਆਂ ਦੇ ਪਰੌਂਠੇ ਖਾਧੇ ਹੈ ਨਾ ਅਤੇ ਹੁਣ ਇੱਥੇ ਵੇਟ ਫੇਰ ਕਰਦੇ ਹਾਂ ਸਾਰੇ ਭਰਾ ਖਾ ਪੀ ਕੇ ਜਿੱਦਾਂ ਘੁੰਮਣ ਚੱਲਿਆ ਹੈ ਨਾ ਅਤੇ ਹੁਣ ਥੋੜ੍ਹਾ ਟਾਈਮ ਹੀ ਰਹਿ ਗਿਆ ਵੈਸੇ 1:30 ਵਜ ਗਿਆ 2 ਅਤੇ 3 ਕੁ ਵਜੇ ਨੂੰ ਕਹਿੰਦੇ ਆ ਖੁੱਲ੍ਹੇ ਜੂ। ਹਾਂਜੀ 3 ਵਜੇ ਖੁੱਲੂ ਓਕੇ ਲਓ ਜੀ ਸਾਰੇ ਭਰਾ ਫੋਟੋ ਸੈਸ਼ਨ ਚੱਲਣਾ ਹੁਣ ਪੱਥਰਾਂ ਦੇ ਬਹਿ ਕੇ ਕਰਾਉਣਗੇ ਫੋਟੋਆਂ ਪੱਥਰਾਂ ਦੇ ਸ਼ਹਿਰ ਵਿੱਚ ਆ ਕੇ ਬਾਈ ਚਰਾਈ ਵਾ ਪਿਆ ਓ ਹੋ ਹੋ ਵੀਰੇ ਠੀਕ ਹੋ ਸਾਰੇ ਨਜ਼ਾਰੇ ਆਲੂ ਵਾਲੇ ਪਰੌਠੇ ਖਾਧੇ ਹੋਏ ਆ। ਹਾਂਜੀ ਜਾਮ ਲੱਗ ਗਿਆ ਸੀ ਜਿਹੜਾ ਖੁੱਲ੍ਹ ਗਿਆ ਅਤੇ ਗੱਡੀਆਂ ਚੱਲੀਆਂ ਸਾਡੇ ਆ ਪਰ ਲਾਈਨ ਬਹੁਤ ਲੰਮੀ ਆ ਬਾਈ ਹੈ ਨਾ ਲਾਈਨ ਸਾਰੇ ਦੇਖੋ ਟਰੱਕ ਵਾਲੇ ਬਾਈ ਵਿਚਾਰੇ ਬਹੁਤ ਤੰਗ ਨੇ ਪਰ ਆਹ ਦੇਖ ਟਰੱਕ ਵਾਲੇ ਭਰਾ ਸਾਈਡ ਤੇ ਲਾਈ ਖੜੇ ਆ ਰਾਤ ਨੂੰ ਚੱਲਣਗੇ ਮੇਰੇ ਹਿਸਾਬ ਚ ਬਾਈ ਇਹਦੇ ਕਰਕੇ ਇੱਥੇ ਸਟੇ ਕਰਨੀ ਪਈ ਬ੍ਰੇਕਫਾਸਟ ਪਰੌਠੇ ਇੱਥੇ ਛਕੇ ਆਲੂਆਂ ਵਾਲੇ ਹੈ ਨਾ ਬਾਈ ਕਿਹੜਾ ਪਿੰਡ ਆ ਗਿਆ ਸਿਰੋਜ ਪਤਾ ਨਹੀਂ ਇੱਦਾਂ ਕੁਛ ਸੀ ਇਹ ਦੁੱਗਾ ਆ ਗਿਆ ਦੁੱਗਾ ਆ ਗਿਆ ਦੇਖੋ ਬਾਈ ਲੈਣਾ ਲੱਗੀਆਂ ਪਈਆਂ ਨੇ ਚਲੋ ਫਿਰ ਅੱਗੇ ਬਾਏ ਲੋ ਬੇਟੇ ਲੈ ਪੁੱਤ ਲੈ ਪੁੱਤਰ ਲਵ ਯੂ ਬਾਏ ਲੋਕੇਸ਼ਨ ਹੈ ਲੋਕੇਸ਼ਨ ਆ ਮਾਰਕੀਟ ਵਾਸ਼ਰੂਮ ਲਓ ਜੀ 5 ਡਿਗਰੀ ਟੈਂਪਰੇਚਰ ਰਹਿ ਗਿਆ ਇੱਥੇ ਸਾਰਾ ਬਹੁਤ ਜ਼ਿਆਦਾ ਠੰਡਾ ਹਲਕੀ ਹਲਕੀ ਸਲੋ ਫਾਲ ਵੀ ਹੋ ਰਹੀ ਹੈ ਸਲੋ ਫਾਲ ਲਓ ਜੀ ਬਰਫ ਬਰਫ ਆ ਗਈ ਦੇਖੋ ਲੇਹ ਲਦਾਖ ਚ ਐਂਟਰੀ ਹੋ ਗਈ ਆ ਅਤੇ ਗਾਂ ਨਿੱਕੇ ਨਿੱਕੇ ਢਾਬੇ ਆ ਇੱਥੇ ਚਾਹ ਬਣਵਾਈ ਆ ਬਰੈਡਾਂ ਬਣ ਗਿਆ ਸਾਰੀਆਂ ਗੱਡੀਆਂ ਇਕੱਠੀਆਂ ਹੋ ਗਈਆਂ ਆ ਪਿੱਛੇ ਐਂਟਰੀ ਗੇਟ ਆ ਲੇਹ ਲਦਾਖ 'ਚ ਹੋ ਗਈ ਐਂਟਰੀ
ਗੱਡੀਆਂ ਜੋਟੀਆਂ ਇਹਨਾਂ ਨੇ ਪਾਟਾਂ ਮਿਣਤੀਆਂ ਇਹਨਾਂ ਨੇ ਠੰਡ ਹੋ ਗਈ ਬਹੁਤ ਤੇ ਸਾਰੇ ਭਰਾਵਾਂ ਨੇ ਟੋਪੀਆਂ ਲੈ ਲਈਆਂ ਮੌਕੀ ਗੈਪ ਹਾਂਜੀ ਇੱਥੇ ਜਾ ਕੇ ਠੰਡ ਬਹੁਤ ਜ਼ਿਆਦਾ ਹੋ ਗਈ ਟੋਪੀਆਂ ਟਾਪੀਆਂ ਲਈਆਂ ਹੁਣ ਚਾਹ ਪੀ ਕੇ ਹਟਿਆ ਛੋਟੀ ਜਿਹੀ ਹੱਟ ਤੋਂ ਆਂਟੀ ਨੇ ਬਹੁਤ ਵਧੀਆ ਕਨੇਡਾ ਬਨੇਡ ਬਣਾਇਆ ਮੈਗੀ ਵੀ ਬਣਾਈ ਅਤੇ ਚਾਹ ਬਣਾਈ ਤੰਨੇ ਵੀਰੇ ਕਿਵੇਂ ਮੌਸਮ ਟੈਂਪਰੇਚਰ ਪਿੱਛੇ ਜੇ ਤਾਂ 5 ਦੀ ਚੱਲ ਗਿਆ ਸੀ ਹੁਣ ਉਦੋਂ ਡਾਊਨ ਹੋਊਗਾ ਹੋਰ ਡਾਊਨ ਹੋ ਗਿਆ ਹੋਊਗਾ ਚਲੋ ਫਿਰ ਆ ਜਾਓ ਅੱਗੇ ਵੀ ਦਿਖਾਵਾਂਗੇ ਤਾਂ ਹਾਂਜੀ ਆਪਾਂ ਪਹੁੰਚ ਗਏ ਪੈਂਗ ਆਹ ਵੀ ਤੁਹਾਨੂੰ ਹੋਟਲ ਦਿਖਾਉਂਦੇ ਹਾਂ ਪੈਂਗ ਦਾ ਜਿੱਥੇ ਮਾਤਾ ਜੀ ਹੋਰੀ ਬਣਾ ਰਿਹਾ ਚਾਹ ਚਾਹ ਪੀ ਕੇ ਤੁਰਾਂਗੇ ਇੱਥੋਂ ਦੇਖੋ ਕਿਉਂਕਿ ਬੰਦਾ ਰਸਤੇ ਦੇ ਵਿੱਚ ਇੰਨਾ ਥੱਕ ਜਾਂਦਾ ਵੀ ਉਰੇ ਆ ਕੇ ਫਾਈਵ ਸਟਾਰ ਹੀ ਲੱਗਦਾ ਹੋਟਲ